ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸਰਾਏ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਮਿੰਟੂ ਭਾਅ ਜੀ ਕੋਲ ਉਹਨਾਂ ਕੋਲ ਆਪਾਂ ਪਹੁੰਚੇ ਹਾਂ। ਅਤੇ ਵੀਰ ਜੀ, ਉਹਨਾਂ ਦੇ ਰੇਟ ਹਰ ਵਾਲੀ ਨੋਰਮਲ ਹੀ ਹੁੰਦੇ, ਅਤੇ ਅੱਜ ਵੀ ਕਹਿੰਦੇ ਕਿ ਨੋਰਮਲ ਹੀ ਰੇਟ ਆਪਾਂ ਕਰਨੇ ਹਾਂ, ਦੋ ਮੱਝਾਂ ਵਾਂ ਅਤੇ ਦੋ ਹੀ ਗਾਵਾਂ ਵਾਂ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ, ਉਹਨਾਂ ਨਾਲ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕਿਵੇਂ? ਸਭ ਠੀਕ ਠਾਕ ਜੀ। ਐਰਕੇ ਹਫ਼ਤਾ ਹੀ ਪਾਤਾ ਜੀ, ਕੀ ਗੱਲ ਹੋ ਗਈ? ਮਾਲ ਫਿਰ ਵਿਕੀ ਜਾਂਦਾ ਨਾਲ ਦੇ ਨਾਲ। ਇਹ ਦੀਵਾਲੀ ਦੁਵਾਲੀ ਵੀ ਆ ਗਈ ਨਾ ਵਿੱਚ ਫਿਰ? ਹਾਂਜੀ, ਦੀਵਾਲੀ ਤੇ ਫਿਰ ਗਾਹਕ ਉਦਾਂ ਸੁੱਖ ਨਾਲ ਬੜਾ ਦੇ। ਠੀਕ ਹੈ ਜੀ, ਹੁਣ ਫਣ ਉਦਾਂ ਵੀਰਾਂ ਦੇ ਬੜੇ ਆਈ ਜਾਂਦੇ। ਠੀਕ ਠੀਕ ਹੈ। ਹਾਂਜੀ ਠੀਕ। ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਜੀ ਮਿੰਟੂ ਸਿੰਘ ਜੀ। ਹਾਂਜੀ, ਪਿੰਡ ਸਰਾਏ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਜੀ। ਅਜਨਾਲੇ ਦੇ ਬਿਲਕੁਲ ਨਾਲ ਹੀ ਆ ਹਨਾ? ਬਿਲਕੁਲ ਨਾਲ ਹੀ, ਅੱਧਾ ਕਿਲੋਮੀਟਰ ਹੋਣੀ। ਠੀਕ ਹੈ ਜੀ। ਹਾਂਜੀ, ਤੇ ਫੋਨ ਨੰਬਰ ਬੋਲ ਦੇ ਕਰੀ। 98147 99325। ਠੀਕ ਹੈ ਜੀ। ਤੇ ਪਹਿਲਾਂ ਗਾਵਾਂ ਵਿਖਾ ਦਈਏ ਫਿਰ ਆਪਾਂ? ਚਲੋ ਗਾਵਾਂ ਦਿਖਾ ਦਿੰਦੇ ਹਾਂ। ਪਹਿਲਾਂ ਤਾਜ਼ੀ ਸੂਈ ਤੁਹਾਨੂੰ ਦਿਖਾ ਦਈਏ। ਆਹ ਬੱਚਾ ਜਿਹੜਾ, ਇਹਦਾ ਗਾੜੀ ਬੱਚਾ ਨਾੜੋ ਜਿਹੜਾ ਨਾਲ ਹੀ ਹੈ। ਇਹ ਪਰਸੋਂ ਦੀ ਬੀਜੀ ਸੂਈ ਹੈ? ਪਰਸੋਂ ਦੀ ਸੂਈ ਆ। ਹਾਂਜੀ। ਬੱਚਾ ਕੀ ਜੀ? ਮਗਰ ਵੱਛੀ ਜੀ, ਮਗਰ ਜਰਸੀ ਵੱਛੀ, ਸੋਹਣੀ ਵੱਛੀ ਆ ਜਿਹੜੀ। ਤੇ ਥਾਣੇ ਤੇ ਲੱਗ ਤਾਂ ਦੇਖ ਸਕਦੇ, ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ। ਕਿੰਨਵਾਂ ਸੂਆ ਜੀ ਵਿਧੀ ਇਹਦਾ? ਇਹ ਦੂਜਾ ਸੂਆ ਵਿਧੀ। ਕਿੰਨਾ ਕੁ ਬੋਲਾ ਹੋਊਗਾ ਇਹਦੇ ਕੋਲ? ਬੋਲਾ ਉਹਨੂੰ 9-10 ਕਿਲੋ ਆ। 9-10 ਕਿਲੋ ਹੈਗਾ ਵਾ। ਹਾਂਜੀ। ਕਿੰਨਾ ਕੁ ਚਵਾਈ ਜਾਊਗੀ? 2-3 ਕਿਲੋ ਆਰਾਮ ਨਾਲ ਹੋਰ ਕਰ ਜਾਣਾ। ਅੱਛਾ, 12 ਕਿਤੇ ਲੱਗ ਗਏ ਜਿਹੜਾ ਚਵਾਈ ਜਾਊਗੀ। ਮਜੇ ਨਾਲ ਦੇ ਜਾਣਾ ਜੀ। ਲੈ ਤੋਰ ਦਈਏ ਫਿਰ ਇਹਨੂੰ। ਬਾਕੀ ਮਗਰ ਵੀ ਵੱਛੀ ਜਿਹੜੀ ਸੋਹਣੀ ਆ, ਇਹਦੇ ਮਗਰ ਜਰਸੀ ਵੱਛੀ ਆ, ਤੇ ਆਪ ਵੀ ਜਿਹੜੀ ਜਰਸੀ ਵੈੜ ਆ। ਆ ਦੇਖ ਸਕਦੇ ਮਗਰ ਵੱਛੀ ਵੀ ਜਿਹੜੀ ਸੋਹਣੀ ਆ। ਤੇ ਕੀ ਰੱਖਣਾ? ਕੀ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ? ਮੁੱਲ ਵੀਰ ਜੀ 32,000 ਦੇ ਦਿਓ। ਅੱਛਾ, ਹਾਂਜੀ। ਕਿੰਨੇ ਦੀ ਦੇ ਦੋਗੇ? 30,000 ਦੀ ਵੀਰ ਜੀ। 30,000 ਦੀ ਦੇ ਦੋਗੇ? ਮੌਕੇ ਤੇ ਹੋਰ ਕਰ ਦੋਗੇ ਮਨ ਤਨ? ਕੁਛ ਛੋਟ ਛਾਟ ਹੋ ਜਾਏਗੀ ਹੋਰ। ਠੀਕ ਹੈ, ਵੱਛੀ ਬਹੁਤ ਚੰਗੀ ਜੀ। ਬਾਕੀ ਚਲੋ ਸੋਹਣੀ ਵੈੜ ਆ। ਹਾਂਜੀ। ਤੇ ਇੱਕ ਜਰਸੀ ਵੈੜ ਗੱਭਣ ਆ ਗਈ ਹਨਾ ਹੁਣ? ਹਾਂਜੀ, ਕਾਫੀ ਪਿਆਰੀ ਜੀ ਆ ਜਿਹੜੀ, ਇਹ ਵੀ ਚਿਹਰਾ ਕਾਫੀ ਸੋਹਣਾ ਇਹਦਾ। ਸੁਬਾਹ ਵੀਰ ਜੀ ਪਹਿਲਾਂ ਹੀ ਜਾਪਦਾ ਜਿਹੜਾ, ਪਹਿਲਾਂ ਹੀ ਸੁਬਾਹ ਤੇ ਆ ਥਾਣੇ ਦੇਖ ਸਕਦੇ ਜੀ। ਸੋਹਣੀ ਸਾਣੀ ਵੇਖੋ ਕਿੰਨੀ ਮੱਛੀ ਦੇ ਤਾਂ ਦੇਖ ਸਕਦੇ, ਬੋਦੀ ਵਾਲੀ ਮੱਛੀ ਦੇ। ਇਹ ਕਿੰਨਾ ਕੁ ਟਾਈਮ ਲੱਗ ਜੇ ਸੋਣ ਚ? ਇਹਦੇ 5 ਤਰੀਕ ਨੂੰ ਟਾਈਮ ਪੂਰਾ ਆ ਜਾਓ। ਅੱਛਾ, ਹਾਂਜੀ, 5 ਤਰੀਕ ਨੂੰ ਦੇਣਾ ਜੀ, ਮਤਲਬ 15 ਦਿਨ ਖੜਦੀ ਆ? 15 ਦਿਨ ਖੜਦੀ ਆ ਜੀ। ਲਿਆ ਫਿਰ ਤੋਰ ਜੀ, ਚੰਗੀ ਬਰੀਡ ਦੀ ਤੇ ਤਾਲੀ ਮੱਛੀ ਵੇਖੋ। ਤੇ ਉਤਰ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ 10-12 ਕਿਲੋ ਦਾ ਆਰਾਮ ਨਾਲ ਜੀ। ਅੱਛਾ, ਜੇ ਕੋਈ ਵੀਰ ਵੱਧ ਸੇਵਾ ਕਰੂ ਹੋਰ ਵੱਧ ਕਰ ਦੇਣਾ ਜੀ। ਠੀਕ ਹੈ ਜੀ। ਬਾਕੀ ਚੰਗੀ ਤਿਆਰ ਹੋ ਗਈ ਥੱਲਿਆਂ ਸੌਣ ਤੱਕਰ। ਉਤਰਾ ਕੱਦ ਕਾਠ ਵੀ ਠੀਕ ਹੈ ਜਰਸੀਆਂ ਦੇ ਹਿਸਾਬ ਨਾਲ, ਬੜੀ ਚੰਗੀ ਵਛੀ ਹੈ। ਉਤਰਾ ਠੰਡੀ ਧੀਰੀ ਆ ਸਾਰੀਆਂ ਤੇ ਨਾ ਕੱਢੀਆਂ। ਸਾਨੂੰ ਵੇਖੋ ਕਿੰਨਾ ਕੀ ਰੱਖਣਾ ਵੀਦੀ ਇਹਦਾ ਮੁੱਲ ਫਿਰ ਆਪਾਂ? ਮੁੱਲ ਵੀ ਜੀ ਦਾ 30,000 ਜੋ। ਅੱਛਾ, 30,000 ਹੋਣੇ ਦਾ 30,000 ਮੁੱਲ। ਅੱਛਾ, ਹੋਰ ਫਿਰ 5 ਤਰੀਕ ਦੇ ਲੱਗ ਗਿਆ ਕਿ ਫਿਰ 35,000 ਦੀ ਹੋ ਜਾਣੀ ਹੈ ਤੇ। ਠੀਕ ਹੈ, ਵਛੀ ਬੜੀ ਚੰਗੀ ਜੋ। 30 ਜੋ ਕਰਨਾ ਮਾਨਤਾ ਨੇ ਤਾਂ? 30 ਜੋ, ਜੇ ਕੋਈ ਵੀਰ ਜੋੜਾ ਜੋੜਾ ਲਓ ਇਕੱਠਾ। ਅੱਛਾ, ਕੋਈ ਨਹੀਂ ਕਰ ਦਿਆਂਗੇ। ਕਿੰਨਾ ਕਰ ਦੋਗੇ? 2,000 ਛੱਡ ਦਿਆਂਗੇ। ਅੱਛਾ, 2,000 ਜੋੜੇ ਚੋਂ ਛੱਡ ਦੋਗੇ? 55,000 ਦੇ ਦੇ ਦਾਂਗੇ। 55 ਦੀਆਂ ਦੋਵੇਂ ਦੇ ਦੋਗੇ? ਹਾਂਜੀ। ਬਾਕੀ ਚਲੋ ਕੋਈ ਵੀਰ ਫੋਨ ਲਾਵੇ ਹਨਾ ਮੌਕੇ ਤੇ। ਹਾਂਜੀ, ਕੋਈ ਗੱਲ ਨਹੀਂ, ਕੇ ਵੀਰ ਨੂੰ ਨਾ ਥੋੜਾ ਕਰਨੀ ਆਪਾਂ। ਅੱਛਾ, ਹਾਂਜੀ, ਕੋਈ ਨਾ ਨਹੀਂ ਕਰਨੀ, ਬਾਕੀ ਬੈਡਾਂ ਦੇ ਹਿਸਾਬ ਨਾਲ ਕੋ ਮੁੱਲ ਲਾਵੇ। ਹਾਂਜੀ ਹਾਂਜੀ, ਤੇ ਤੁਸੀਂ ਵੀ ਦੇ ਦਿਓ। ਬੜੀਆਂ ਚੰਗੀਆਂ ਜਦੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਤੇ ਹੁਣ ਮੱਝਾਂ ਵੀ ਤੁਹਾਨੂੰ ਦਿਖਾ ਦਈਏ। ਨੇਕਾ ਝੋਟੀ ਤੁਹਾਨੂੰ ਦਿਖਾਉਣੀ, ਕਾਫੀ ਖੂਬਸੂਰਤ ਜੀ ਝੋਟੀ ਆ, ਛੋਟਾ ਸਿੰਘ ਆ ਇਹਦਾ, ਤੇ ਉਤਰਾ ਵੀ ਸਾਂਭੀ ਸੁੰਭੀ ਚੰਗੀ ਹੈ। ਥਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ, ਤੇ ਪਿੱਠ ਪੁੜੇ ਤਾਂ ਵੀ ਇੱਕ ਵਾਰੀ ਦੇਖ ਸਕਦੇ ਜੀ। ਇਹਦਾ ਕਿੰਨਵਾਂ ਸੂਆ ਵੀਰ ਜੀ? ਇਹ ਦੂਜਾ ਸੂਆ ਵੀਰ ਜੀ। ਦੂਸਰਾ ਸੂਆ ਆ? ਹਾਂਜੀ। ਇਹ ਕਿੰਨਾ ਟਾਈਮ ਲੈ ਜਾਓ ਸੋਣ ਚ? ਇਹਨੇ ਹਫਤਾ ਹੀ ਲੈ ਜਾਣਾ ਜੀ। ਹਫਤਾ ਲੈ ਜਾਊਗੀ? ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ? ਰੂਟੀਨ ਨੇ ਪਹਿਲੇ ਸੂਏ 10 ਕਿਲੋ ਦੁੱਧ ਕੀਤਾ ਜੀ। ਠੀਕ ਹੈ, ਹਾਂਜੀ, ਚੰਗੀ ਤਿਆਰ ਹੁੰਦੀ ਹੈ ਅਰਕੇ ਦੀ। ਹਾਂਜੀ ਹਾਂਜੀ,
ਐਰਕੇ ਕਿੰਨਾ ਚਵਾਈ ਜਾਊਗੀ? ਦੋ ਤਿੰਨ ਕਿਲੋ ਆਰਾਮ ਨਾਲ ਵੱਧ ਕਰ ਦਿੰਦੇ। ਅੱਛਾ 12 ਕ ਦੇ ਲੱਗੇ ਵੀ ਚਵਾਈ ਜਾਊਗੀ? ਲੱਗੇ ਝੋਟੀ ਸੋਹਣੀ ਵੇਖੋ ਕਿੰਨੀ ਹੈ, ਸਭ ਹੀ ਕਿੰਨੀ ਹੈ। ਹਾਂਜੀ ਹਾਂਜੀ ਲਿਆ ਖੋਲੋ ਤੋਰ ਦਈਏ। ਬਾਕੀ ਬੜੀ ਪਿਆਰੀ ਜੀ ਝੋਟੀ ਆ ਜਿਹੜੀ ਠੰਡੀ ਧੀਰੀ ਜੀ ਆ। ਸ਼ਾਂਤ ਜੇ ਸੁਭਾਅ ਦੀ ਆ ਜਿਹੜੀ। ਹਾਂ ਵੇਖ ਚੰਗਾ ਕੱਦ ਕਾਠ ਆ, ਚੰਗਾ ਬੋਡੀ ਵੇਟ ਆ। ਅਜੇ ਇੱਕ ਹਫ਼ਤਾ ਖੜਦੀ ਹੈ ਤੇ ਸੌਣ ਤੱਕ ਇਹਨੇ ਚੰਗਾ ਹਵਾਨਾ ਤਿਆਰ ਕਰਨਾ ਵਾ। ਤੇ ਇਹਦਾ ਵੀ ਜੀ ਕੀ ਮੁੱਲ ਫਿਰ ਜੀ ਅੱਜ? ਇਹਦਾ 70,000 ਮੁੱਲ ਵੀ ਜੀ। 70,000? ਹਾਂਜੀ। ਕਰਨਾ ਮਾਨਤਾ ਨੂੰ ਵੀ ਚੁੱਕੋ, 2,000 ਛੱਡ ਦਿਆਂਗੇ। ਅੱਛਾ 68,000 ਦੀ ਦੇ ਦੋਗੇ? ਬਾਕੀ ਚਲੋ ਸੋਹਣੀ ਝੋਟੀ ਆ, ਝੋਟੀ ਬਹੁਤ ਚੰਗੀ ਹੈ ਜੀ। ਕੋਈ ਫੋਨ ਲਾਵੇ ਮੌਕੇ ਤੇ ਮਾਨਤਾ ਨੂੰ ਹੋਰ ਕਰ ਦੇਵੇ, ਕੋਈ ਗੱਲ ਨਹੀਂ ਮਿੱਤੀ ਕੋਈ। ਠੀਕ ਹੈ ਜੀ। ਹੁਣ ਮੱਝ ਇੱਕ ਹੋਰ ਆ ਗਈ ਐਂਡ ਤੇ, ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਦੇਖ ਸਕਦੇ ਜੀ। ਸਿੰਘ ਭਾਵੇਂ ਥੋੜ੍ਹਾ ਜਿਹਾ ਖੁੱਲ੍ਹਾ ਰੱਖਦੀ ਆ ਪਰ ਥੱਲਿਆਂ ਬੜੀ ਸਫਾਈ ਹੈ। ਪਿੱਠ ਪੁੜੇ ਦੀ ਇਹ ਵੀ ਜਿਹੜੀ ਚੰਗੀ ਆ, ਲੋਹੀ ਮੱਝ ਆ, ਜਿਹੜੇ ਵੀ ਸ਼ੌਕੀਨ ਹੁੰਦੇ ਲੋਹੀ ਮੱਝ ਰੱਖਣ ਦੇ। ਇਹਦਾ ਕਿੰਨਾ ਸੂਆ ਜੀ? ਇਹਦਾ ਤੀਜਾ ਸੂਆ ਵਿੱਚ ਜੀ। ਅੱਛਾ ਤੀਸਰਾ ਸੂਆ ਆ। ਇਹ ਕਿੰਨਾ ਕੱਢਦੀ ਟਾਈਮ? ਇਹਨੇ ਬਸ 3-4 ਦਿਨ ਕੱਢਣੇ ਇਹ ਝੋਟੀ, ਬੜੀ ਚੰਗੀ ਆ। ਇਹ ਤਾਂ ਚੰਗੀ ਗਾਵਾਂ ਵਾਂਗ ਵੀ ਤਿਆਰ ਹੁੰਦੀ, ਬੜੀ ਚੰਗੀ ਸੱਲਿਓ ਵੇਖੋ ਜੀ। ਹਾਂ ਦੇਖ ਸਕਦੇ ਜੀ। ਹਾਂਜੀ। ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ? ਦੁੱਧ 13-14 ਕਿਲੋ ਕੱਢਦੀ ਆਰਾਮ ਨਾਲ ਜੀ। ਅੱਛਾ ਹਾਂਜੀ, 13-14 ਲੀਟਰ ਦੁੱਧ ਚਵਾ ਦਿੰਦੀ ਆ, ਬੜੇ ਮਜ਼ੇ ਨਾਲ ਜੀ। ਲਿਆ ਖੋਲੀਏ ਤੋੜ ਦਈਏ ਇਹਨਾਂ। ਹਾਂ ਦੇਖ ਸਕਦੇ ਪੂਰੀ ਗਾਵਾਂ ਵਾਂਗ ਤਿਆਰ ਹੋਈ ਆ ਥੱਲੇ। ਗਾਂ ਨਵੀਂ ਆਉਂਦੀ ਆ ਤੇ ਪਛਾਣ ਨਵੀਂ ਆਉਂਦੀ ਆ। ਥਣਾਂ ਦਾ ਸਾਈਜ਼ ਗੈਪ ਵੀ ਚੰਗਾ। ਇਹ ਆ ਕਿ ਜਿਹੜਾ ਕੋਈ ਵੀਰ ਸਾਂਭ ਵਾਲਾ ਕੋਈ ਲੈ ਜੂਗਾ ਤੇ ਦੁੱਧ ਇਹਨੇ ਵੀ ਚੰਗਾ ਕੱਢੀ ਜਾਣਾ ਵਾ। ਹਾਂ ਦੇਖ ਸਕਦੇ ਜੀ। ਬਾਕੀ ਇੱਕੋ ਜਿਹੇ ਸਾਣੇ, ਇੱਕੋ ਜਿਹਾ ਹਵਾਨਾ ਵਾ, ਕੋਈ ਵੱਡਾ ਛੋਟਾ ਨਹੀਂ ਕਿਸੇ ਬੰਦਿਆਂ ਵੀ। ਬੰਦ ਹੋ ਜੀ। ਬਾਕੀ ਇੱਥੇ ਆ ਕੇ ਆਪਣੀ ਅੱਖੀਂ ਵੇਖ ਚਾਖ ਕੇ ਪਸੰਦ ਕਰਕੇ ਫਿਰ ਹੀ ਪਸ਼ੂ ਖੜਿਆ ਕਰੋ। ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ? ਮੁੱਲ ਵੀਰ ਜੀ 75,000 ਦੇ ਦਾ। ਅੱਛਾ ਹਾਂਜੀ। ਇਹ ਕਿੰਨੇ ਦੀ ਦੇ ਦੇਣੀ? 70 ਦੀ ਕਰ ਦਿਆਂਗੇ। ਅੱਛਾ ਪੂਰੇ 70 ਦੀ ਕਰ ਦਿਆਂਗੇ। 70 ਦੀ ਦੇ ਦੇ। ਠੀਕ ਹੈ। ਬਾਕੀ ਦੇਖੋ ਗਾਂ ਬਣੀ ਇਹਦੇ। ਬਾਕੀ ਜੇ ਕੋ ਮੱਝਾਂ ਦਾ ਜੋੜਾ ਪਾ ਲੂਗਾ ਤੇ ਜੋੜੇ ਚੋਂ ਕਰ ਦਾਂਗੇ ਮਾਨਤਾ ਨਾਲ। ਜੋੜੇ ਚੋਂ ਕਰ ਦਾਂਗੇ ਮਾਨਤਾ ਜੀ। ਠੀਕ ਹੈ ਜੀ। ਠੀਕ ਹੈ ਵੀਰ ਜੀ, ਹੋਰ ਕੁਝ ਕਹਿਣਾ ਫਿਰ? ਹਾਂਜੀ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਪਸ਼ੂ ਵੀਰ ਜੀ ਹੁਣ ਟੋਟਲ 4 ਬਕਾਊ ਕੀਤੇ ਆ। ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ, ਵੇਸ ਚਾਹ ਕੇ ਆਪਣੀ ਸਮਝ ਅਤੇ ਆਪਣੀ ਜ਼ਿੰਮੇਦਾਰੀ 'ਤੇ ਪਸ਼ੂ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।